ਸਤਿਗੁਰ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੁਸੀਂ ਗੁਲਬੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਇਟਲੀ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਮਨਦੀਪ ਸਿੰਘ ਲਾਡੀ ਉਮਰ 45 ਸਾਲ ਉਹ ਦੈਰਸੋ ਸ਼ਹਿਰ ਦੇ ਵਿੱਚ ਤਰਵੀਜ਼ੋ ਜ਼ਿਲ੍ਹੇ ਦੇ ਰਹਿਣ ਵਾਲੇ ਉਹਨਾਂ ਦੀ ਰਾਤ ਨੂੰ ਦਿਨ ਬੁੱਧਵਾਰ ਦੇ ਦਿਨ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਬਖਸ਼ੇ ਇੱਕ ਬਹੁਤ ਮੰਦ ਭਾਗੀ ਖਬਰ ਆਈ ਹੈ ਉਹ 200 ਸ਼ਹਿਰ ਦੀ ਖਬਰਾਂ ਇਟਲੀ ਦੇ ਖਬਰਾਂ ਵੱਲ ਚੱਲਦੇ ਹਾਂ ਜੀ ਇਟਲੀ ਦੇ ਵਿੱਚ ਇਮੀਗ੍ਰੇਸ਼ਨ ਦੇ ਉੱਤੇ ਬਹੁਤ ਸਵਾਲ ਚੁੱਕੇ ਜਾ ਰਹੇ ਨੇ ਕਿ ਇਟਲੀ ਦੇ ਵਿੱਚ ਜਿਹੜੇ ਕੱਚੇ ਬੰਦੇ ਰਹਿ ਰਹੇ ਨੇ ਉਹਨਾਂ ਨੂੰ ਪੱਕਾ ਕੀਤਾ ਜਾ ਸਕਦਾ ਹੈ ਇਟਲੀ ਦੇ ਵਿੱਚ ਜਿਹੜੇ ਕੱਚੀ ਇਸ ਟਾਈਮ ਜੋ ਵੀ ਕੱਚੀ ਅਸੀਂ ਕਮਿਊਨਿਟੀ ਹੀ ਉਸ ਦਾ ਨਾਮ ਰੱਖਾਂਗੇ ਚਾਹੇ ਇੰਡੀਅਨ ਹੋਣ ਪਾਕਿਸਤਾਨੀ ਹੋਣ ਬੰਗਲਾਦੇਸ਼ੀ ਹੋਣ ਕੋਈ ਵੀ ਕੰਟਰੀ ਦਾ ਆਪਣਾ ਵੀਰ ਹੋਵੇ ਉਹ ਪੱਕਾ ਕਿਦਾਂ ਹੋ ਸਕਦਾ ਇਟਲੀ ਦੀ ਸਰਕਾਰ ਨੇ 2023-24-25 ਦੇ ਲਈ ਪੇਪਰ ਦੁਆਰਾ ਖੋਲਣ ਦੀ ਗੱਲਬਾਤ ਕੀਤੀ ਜਿਸ ਦਾ ਕਲਿੱਕ ਡੇ 5 ਫਰਵਰੀ 2024 ਦੇ ਵਿੱਚ ਤਕਰੀਬਨ ਹਰ ਸਾਲ ਸਾਡੇ ਹਰ ਸਾਲ 1.5 ਲੱਖ ਬੰਦਾ ਮੰਗਵਾਣਾ 1.5-4 ਲੱਖ ਟੋਟਲ 3 ਸਾਲ ਦੇ ਵਿੱਚ ਬੰਦਾ ਆਏਗਾ ਅਤੇ ਜੇਕਰ ਲੋਡ ਪਏ ਤਾਂ ਉਸ ਲੋਡ ਮੁਤਾਬਕ ਇਸ ਕੋਟੇ ਨੂੰ ਵਧਾਇਆ ਵੀ ਜਾ ਸਕਦਾ ਜਿਸ ਤਰ੍ਹਾਂ ਕਿ ਹੁਣ 40000 ਬੰਦਿਆਂ ਦਾ ਕੋਟਾ ਵਧਾਇਆ ਗਿਆ ਹੈ ਸਿਕ ਤੇ ਇਹ ਵੀ ਜਿਹੜਾ ਕੋਟਾ ਸਿਰਫ ਉਹਨਾਂ ਦੇ ਲਈ ਬਣਾਇਆ ਗਿਆ ਸੀ ਜਿਹੜੇ ਬੰਦੇ ਇਟਲੀ ਦੇ ਵਿੱਚ ਪਹਿਲਾਂ ਹੀ ਲੋਕਾਂ ਨੇ ਪੇਪਰ ਭਰੇ ਸੀ 14 ਅਗਸਤ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਨਿਕਲਣ ਦੇ ਚਾਂਸ ਸੀਗੇ ਆਪਣੇ ਕਾਫੀ ਵੀਰਾਂ ਦੇ ਪੇਪਰ ਵੀ ਨਿਕਲ ਰਹੇ ਨੇ ਸਾਨੂੰ ਕਮੈਂਟ ਆ ਰਹੇ ਨੇ ਸਾਨੂੰ ਮੈਸੇਜ ਆ ਰਹੇ ਨੇ ਪਰ ਅਸੀਂ ਪ੍ਰਾਈਵੇਸੀ ਦੇ ਕਾਰਨ ਉਹਨਾਂ ਦੇ ਪੇਪਰ ਤੁਹਾਨੂੰ ਸ਼ੋ ਨਹੀਂ ਕਰ ਸਕਦੇ ਗੱਲ ਕਰਦੇ ਆਂ ਜੀ ਮੁੜ ਕੇ ਇਟਲੀ ਦੇ ਵਿੱਚ ਜੇਕਰ ਗੱਲ ਸਿਰਫ ਐਂਟਰੀ ਦੀ ਹੁੰਦੀ ਹੈ ਦੇਖੋ ਜੇਕਰ ਇਟਲੀ ਦੇ ਵਿੱਚ ਸਿਰਫ ਐਂਟਰੀ ਦੀ ਗੱਲ ਹੁੰਦੀ ਹੈ ਤਾਂ ਫਿਰ ਤੁਸੀਂ ਆਪਣੇ ਫੈਸਲੇ ਦੇ ਆਪ ਜ਼ਿੰਮੇਵਾਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਇਟਲੀ ਦੇ ਵਿੱਚ ਤੁਸੀਂ ਸਿਰਫ ਐਂਟਰੀ ਕਰਾਈ ਜਿਸ ਟਾਈਮ ਤੁਹਾਡਾ ਵੀਜ਼ਾ ਮੁੱਕ ਗਿਆ ਤੁਸੀਂ ਇਟਲੀ ਦੇ ਵਿੱਚ ਇਲੀਗਲ ਪੁਲਿਸ ਨੇ ਤੁਹਾਨੂੰ ਕਿਸੇ ਵੀ ਪਾਸੇ ਫੜ ਲਿਆ ਤੁਹਾਡੇ ਕੋਲ ਪਾਸਪੋਰਟ ਹੋਇਆ ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ ਫਿਰ ਚਾਹੇ ਤੁਸੀਂ ਇੰਡੀਆ ਪਾਕਿਸਤਾਨ ਬੰਗਲਾਦੇਸ਼ ਕਿਸੇ ਵੀ ਕੰਟਰੀ ਤੋਂ ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ ਇਟਲੀ ਦੇ ਵਿੱਚ ਕੀ ਕੱਚੇ ਬੰਦੇ ਨੂੰ ਕੰਮ ਮਿਲ ਜਾਂਦਾ ਇਟਲੀ ਦੇ ਵਿੱਚ ਕੱਚੇ ਬੰਦੇ ਨੂੰ ਕੰਮ ਜ਼ਰੂਰ ਮਿਲ ਜਾਂਦਾ ਪਰ ਸਭ ਤੋਂ ਪਹਿਲਾਂ ਉਹਨੂੰ ਉਨੀ ਤਨਖਾਹ ਨਹੀਂ ਮਿਲਦੀ ਜਿੰਨੀ ਪੱਕਿਆਂ ਨੂੰ ਮਿਲਦੀ ਹੈ ਕੰਮ ਡਰ-ਡਰ ਕੇ ਕਰਨਾ ਪੈਂਦਾ ਜੇਕਰ ਮਾਲਕ ਨੂੰ ਪਤਾ ਲੱਗ ਜਾਏ ਕਿ ਬੰਦੇ ਕੋਲ ਪੇਪਰ ਨਹੀਂ ਹੈ ਤਾਂ ਇਸ ਤਰ੍ਹਾਂ ਵੀ ਹੋ ਜਾਂਦਾ ਤਾਂ ਕਹਿ ਦਿੰਦੇ ਆ ਕਿ ਅਸੀਂ ਤੇਰੇ ਪੈਸੇ ਨਹੀਂ ਦੇਣ। ਜਾ ਕਰ ਲੈ ਕੀ ਕਰਨਾ। ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਹੋਏ ਆ। ਰੋਮ ਏਰੀਆ ਹੋਵੇ, ਨਾਪਲੀ ਏਰੀਆ ਹੋਵੇ। ਆਪਣੇ ਉੱਤਰ ਦੇ ਏਰੀਆ ਦੇ ਵਿੱਚ ਵੀ ਇਦਾਂ ਦੇ ਕਾਫੀ ਕੇਸ ਹੁੰਦੇ ਆ। ਬੰਦਿਆਂ ਨੂੰ ਸ਼ਰਯਾਮ ਕਹਿ ਦਿੱਤਾ ਜਾਂਦਾ ਕਿ ਜਾ ਪੁਲਿਸ ਕੋਲ ਜਾ ਕੇ ਰਿਪੋਰਟ ਲਿਖਾ ਦੇ ਅਸੀਂ ਨਹੀਂ ਤੇਰੇ ਪੈਸੇ ਦੇਣਾ। ਜੇਕਰ ਮਜ਼ਦੂਰ ਮਾੜਾ-ਮੋਟਾ ਮਾਲਕ ਦੇ ਨਾਲ ਗੱਲਬਾਤ ਕੋਈ ਇਦਾਂ ਨਹੀਂ ਕਰ ਲੇ। ਤਕਰੀਬਰ ਇਹ ਵੀ ਹੁੰਦਾ ਜਿੰਨੇ ਬਣਦੇ ਪੈਸੇ ਹੁੰਦੇ ਨੇ ਜੋ ਕਰਾਰ ਕੀਤਾ ਹੁੰਦਾ ਉਸ ਕਰਾਰ ਤੋਂ ਪੈਸੇ ਕੱਢ ਦੇ ਦਿੱਤੇ ਜਾਂਦੇ ਨੇ ਕਿਹਾ ਜਾਂਦਾ ਕਿ ਪੈਸੇ ਹੁਣ ਇੰਨੇ ਹੀ ਮਿਲੇ ਮੋਰਿਓ ਪੈਸਾ ਨਹੀਂ ਆਇਆ ਕਿਉਂਕਿ ਮਾਲਕਾਂ ਨੂੰ ਪਤਾ ਹੁੰਦਾ ਹੈ ਕਿ ਇਹ ਬੰਦਾ ਪੁਲਿਸ ਦੇ ਕੋਲ ਨਹੀਂ ਜਾ ਸਕਦਾ ਦੂਸਰੇ ਨੰਬਰ ਤੇ ਜਦੋਂ ਅਸੀਂ ਐਂਟਰੀ ਕਰਾ ਲਈ ਐਂਟਰੀ ਤੋਂ ਬਾਅਦ ਸਾਡਾ ਕੋਈ ਫਿਊਚਰ ਨਹੀਂ ਹੈ ਸਿਰਫ ਇਟਲੀ ਦੇ ਵਿੱਚ ਬੈਠਣਾ ਉਡੀਕਣਾ ਕਿ ਇਟਲੀ ਦੀ ਸਰਕਾਰ ਪੇਪਰ ਖੋਲ ਦੇ ਇਟਲੀ ਦੀ ਸਰਕਾਰ ਅੱਜ ਵੀ ਪੇਪਰ ਖੋਲਸਾਦੀਆ ਮਹੀਨੇ ਤੱਕ ਖੋਲਸਾਦੀਆ ਸਾਲ ਤੱਕ ਖੋਲ ਸਕਦੀ ਹੈ ਇਹ ਵੀ ਹੋ ਸਕਦਾ ਕਿ 5 ਸਾਲ ਵੀ ਲਾ ਦੇ ਫਿਰ ਉਸ ਤੋਂ ਬਾਅਦ ਕੀ ਹੈ ਇਟਲੀ ਤੋਂ ਮੂਵ ਹੋਣਾ ਪੈਂਦਾ ਕਿਸੇ ਹੋਰ ਪਾਸੇ ਫਰਾਂਸ ਹੋ ਸਕਦਾ ਪੁਰਤਗਾਲ ਹੋ ਸਕਦਾ ਪੁਰਤਗਾਲ ਦੇ ਵਿੱਚ ਸੁਣਿਆ ਹੁਣ ਤੱਕ ਜੋ ਕਾਨੂੰਨ ਆ ਉਹਦੇ ਹਿਸਾਬ ਦੇ ਨਾਲ ਪੇਪਰ ਜਿਹੜੇ ਆ ਸੌਖੇ ਬਣ ਜਾਂਦੇ ਆ ਇਟਲੀ ਦੇ ਵਿੱਚ ਜਿਹੜੇ ਪੇਪਰ ਆ ਥੋੜੇ ਔਖੇ ਬਣਦੇ ਆ ਜੇਕਰ ਆਪਣਾ ਕੋਈ ਵੀਰ ਇਹ ਸੋਚ ਕੇ ਆ ਰਿਹਾ ਕਿ ਅਸੀਂ ਇਟਲੀ ਜਾਵਾਂਗੇ 9 ਮਹੀਨਿਆਂ ਦਾ ਪੇਪਰਾਂ ਤੇ ਤੁਸੀਂ ਜਾਣਾ 9 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਸੈਟਿੰਗ ਕਰ ਲੈਣੀ ਅਸੀਂ ਜੋ ਸਾਡੇ ਸਰ ਕਰਜਾ ਉਸ ਕਰਜੇ ਨੂੰ ਲਾ ਦੇਣਾ ਅਸੀਂ ਜੇਕਰ ਸਾਡਾ ਫੈਮਿਲੀ ਪਰਿਵਾਰ ਜੋ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਜਾਂ ਕਿਸੇ ਦੇਸ਼ ਦੇ ਵਿੱਚ ਹੈ ਤਾਂ ਅਸੀਂ ਉਹਨਾਂ ਦੇ ਲਈ ਵੀ ਸੈਟਿੰਗ ਕਰ ਦੇਣੀ ਹੈ ਉਹਨਾਂ ਨੂੰ ਵੀ ਬੁਲਾ ਲੈਣਾ 9 ਮਹੀਨੇ ਦੇ ਪੇਪਰਾਂ ਤੇ ਇਹ ਸਭ ਕਰਨਾ ਮੁਸ਼ਕਲ ਹੁੰਦਾ ਬਹੁਤ ਹੀ ਜ਼ਿਆਦਾ ਇੱਥੇ ਤੁਸੀਂ ਇਟਲੀ ਦੇ ਵਿੱਚ ਆਓ ਤੁਸੀਂ ਲੋਟਰੀ ਪਹੁੰਚਣਕ ਤੁਹਾਡੀ ਲੋਟਰੀ ਨਿਕਲ ਜਾਏ ਤਾਂ ਫਿਰ ਤੁਹਾਡਾ ਜਿਹੜਾ ਸਾਰਾ ਕਰਜਾ ਵਗੈਰਾ ਮਾਫ਼ ਹੋ ਸਕਦਾ ਬਾਕੀ ਆਪਣੇ ਜਿਹੜੇ ਵੀਰਾਂ ਜੇਕਰ 100 ਬੰਦਾ ਆ ਰਿਹਾ 100% ਬੰਦਾ ਆ ਰਿਹਾ ਉਹਨਾਂ ਦੇ ਵਿੱਚੋਂ 10% ਬੰਦੇ ਕਾਮਯਾਬੀ ਹੋ ਜਾਂਦੇ ਨੇ ਆਂਦਿਆਂ ਨੂੰ ਕੰਮ ਮਿਲ ਜਾਂਦਾ ਵਧੀਆ ਕੰਮ ਮਿਲ ਜਾਂਦਾ ਜਾਨ ਪਰੇਸ਼ਾਨ ਵਾਲੇ ਹੁੰਦੇ ਆ ਪੈਸੇ ਵੀ ਠੀਕ ਮਿਲਦੇ ਆ ਪਰ ਵਿੱਚ ਕਾਫੀ ਜਿਹੜੀ ਮੈਜੋਰਟੀ ਆ ਉਹਨਾਂ ਦੇ ਨਾਲ ੱਟਕਾ ਹੁੰਦਾ ਇਟਲੀ ਦੇ ਵਿੱਚ ਇੱਕ ਹੋਰ ਬਹੁਤ ਗੱਲ ਚੱਲ ਰਹੀ ਹੈ ਜੀ ਕਿ ਜਿਸ ਟਾਈਮ ਤੁਸੀਂ ਇਟਲੀ ਦੇ ਵਿੱਚ ਆ ਜੰਨੇ ਆ ਏਜੰਟਾਂ ਦੀ ਗੇਮ ਕੀ ਆ ਇੰਡੀਆ ਤੋਂ ਪਹਿਲਾਂ ਤੁਸੀਂ ਆਣਾ ਤੁਹਾਡੇ ਘਟ ਤੋਂ ਘਟ 8 ਤੋਂ 10 ਲੱਖ ਰੁਪਏ ਮੰਗੂਗੇ ਪਤਾ ਨਹੀਂ ਕੀ ਰੇਟ ਚੱਲ ਰਿਹਾ 8 ਲੱਖ 10 ਲੱਖ 5 ਲੱਖ ਜੋ ਵੀ ਰੇਟ ਆ ਤਹਾਨੂੰ ਕਿਹਾ ਜਾਂਦਾ ਕਿ ਤੁਹਾਨੂੰ ਉੱਥੇ ਪੱਕੇ ਕਰਵਾਉਣਾ ਇਟਲੀ ਦੇ ਵਿੱਚ ਪਹਚਾਣਾ ਜਿਸ ਟਾਈਮ ਤੁਸੀਂ ਇਟਲੀ ਦੇ ਵਿੱਚ ਪਹੁੰਚ ਜਾਂਦੇ ਆ ਇਟਲੀ ਦੇ ਵਿੱਚ ਪਹੁੰਚਣ ਤੋਂ ਬਾਅਦ ਜੋ ਕਾਨੂੰਨ ਉਹਦੇ ਹਿਸਾਬ ਦੇ ਨਾਲ 8 ਦਿਨ ਦੇ ਵਿੱਚ ਵਿੱਚ ਪੇਸ਼ੀ ਕਰਨੀ ਹੁੰਦੀ ਹੈ ਇਟਲੀ ਦੇ ਥਾਣੇ 'ਚ ਥਾਣਾ ਜਿਸ ਨੂੰ ਕੁਐਸਟੂਰਾ ਕਹਿੰਦੇ ਆ ਉੱਥੇ ਇਸ ਕਰਕੇ ਪੇਸ਼ੀ ਕਰਨੀ ਹੈ ਕਿ ਮਾਲਕ ਨੇ ਦੱਸਣਾ ਹੁੰਦਾ ਕਿ ਜਿਸ ਬੰਦੇ ਨੂੰ ਮੈਂ ਕੰਮ ਦੇ ਲਈ ਬੁਲਾਇਆ ਸੀ ਉਹ ਬੰਦਾ ਇਟਲੀ ਦੇ ਵਿੱਚ ਮੇਰੇ ਕੋਲ ਪਹੁੰਚ ਗਿਆ ਅਤੇ ਉਸ ਤੋਂ ਬਾਅਦ ਸਾਰੀ ਕਾਗਜ਼ੀ ਕਾਰਵਾਈ ਸ਼ੁਰੂ ਹੁੰਦੀ ਹੈ ਕਿ ਬੰਦੇ ਨੂੰ ਪੇਪਰ ਪੀਆਰ ਮਿਲਣ ਦੀ ਤਿਆਰੀ ਹੋਵੇ 9 ਮਹੀਨੇ ਦੇ ਹੋ ਸਕਦੇ ਹੈ ਪੇਪਰ 6 ਮਹੀਨੇ ਦੇ ਹੋ ਸਕਦੇ ਆ ਤੇ ਜਦੋਂ ਇਹ ਪੇਪਰ ਮਿਲ ਜਾਂਦੇ ਆ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਸਭ ਤੋਂ ਜ਼ਰੂਰੀ ਕੰਮ ਹੁੰਦਾ ਕਿ ਜਿਸ ਮਾਲਕ ਦੇ ਅਸੀਂ ਕੰਮ ਕਰਦੇ ਆ 3 ਮਹੀਨੇ ਦਾ ਟੈਕਸ ਲਗਾਤਾਰ ਜਾਵੇ ਇਹਨਾਂ 3 ਮਹੀਨਿਆਂ ਦੇ ਵਿੱਚ ਘੱਟ ਤੋਂ ਘੱਟ 39 ਦਿਨ ਦਾ ਟੈਕਸ ਤਾਰਿਆ ਹੋਣਾ ਚਾਹੀਦਾ ਇਟਲੀ ਦੇ ਵਿੱਚ ਜਿਹੜੀ ਤਨਖਾਹ ਮਿਲਦੀ ਆ ਉਸ ਨੂੰ ਪਾਗਾ ਬੂਸਤਾ ਕਿਹਾ ਜਾਂਦਾ ਇਟਲੀ ਦੇ ਵਿੱਚ ਮਿਲਣ ਵਾਲੀ ਤਨਖਾਹ ਜਿਹੜੀ ਆ ਉਸ ਨੂੰ ਪਾਗਾ ਬੂਸਤਾ ਕਿਹਾ ਜਾਂਦਾ ਸਾਡੀ ਜਿਹੜੀ ਪੇ ਸਲਿੱਪ ਆ ਅਤੇ ਉਸ ਪੇਪਰ ਦੇ ਉੱਤੇ ਲਿਖਿਆ ਹੁੰਦਾ ਕਿ ਅਸੀਂ ਕਿੰਨੇ ਘੰਟੇ ਕੰਮ ਕੀਤਾ ਸਾਡਾ ਟੈਕਸ ਕਿੰਨਾ ਗਿਆ ਕਿੰਨੇ ਦਿਨ ਅਸੀਂ ਕੰਮ ਕੀਤਾ ਉਸ ਹਿਸਾਬ ਨਾਲ ਜਿਹੜਾ ਤੁਹਾਡਾ ਪਾਗਾ ਬੂਸਤਾ ਹੁੰਦਾ ਤੁਹਾਡੇ 39 ਦਿਨ ਤੁਸੀਂ 40 ਰੱਖੋ ਤੁਹਾਡੇ 40 ਦਿਨ ਪੂਰੇ ਹੋਏ ਚਾਹੀਦੇ ਆ 90 ਦਿਨਾਂ ਦੇ ਵਿੱਚ ਘੱਟ ਤੋਂ ਘੱਟ ਤੇ ਜਦੋਂ ਤੁਹਾਡਾ ਚੌਥਾ ਮਹੀਨਾ ਤੁਸੀਂ ਲੱਗ ਜਾਂਦੇ ਆ ਤੁਹਾਡੇ ਪੇਪਰਾਂ ਨੂੰ ਤਾਂ ਤੁਸੀਂ ਉਸ ਵੇਲੇ ਹੀ ਇਟਲੀ ਦੇ ਵਿੱਚ ਪੇਪਰ ਚੇਂਜ ਕਰਨ ਦਾ ਦੁਮੰਦਾ ਕਰਨਾ ਜੇਕਰ ਤੁਸੀਂ ਚੌਥੇ ਮਹੀਨੇ ਤੋਂ ਇਲਾਵਾ 5ਵੇਂ ਮਹੀਨੇ 6ਵੇਂ ਮਹੀਨੇ 7ਵੇਂ ਮਹੀਨੇ 8ਵੇਂ ਮਹੀਨੇ 9ਵੇਂ ਮਹੀਨੇ ਵੀ ਕਰਦੇ ਤਾਂ ਉਹਦੇ ਵਿੱਚ ਕੋਈ ਦਿੱਕਤ ਪ੍ਰੋਬਲਮ ਨਹੀਂ ਇੰਪੋਰਟੈਂਟ ਇਹ ਹੁੰਦਾ ਕਿ ਤੁਹਾਡਾ ਜਿਹੜਾ ਮਾਲਕਾ ਉਸ ਨੇ 39 ਦਿਨ ਕਟ ਤੋਂ ਕਟ ਤੁਹਾਡਾ ਟੈਕਸ ਤਾਰਿਆ ਹੋਵੇ ਦੂਸਰੇ ਨੰਬਰ ਤੇ ਇਹ ਜਿਹੜਾ ਦੁਮੰਦ ਆ ਇਹ ਜਿਹੜੀ ਐਪਲੀਕੇਸ਼ਨ ਆ ਸਾਡੇ ਪੇਪਰ ਕੱਚਿਆਂ ਇੱਕ ਸਮਨੇ ਇਹਨੂੰ 9 ਮਹੀਨੇ ਦੇ ਪੇਪਰ ਕੱਚੇ ਹੀ ਮੰਨ ਕੇ ਚੱਲੋ ਤੁਸੀਂ ਕਿਉਂਕਿ 9 ਮਹੀਨੇ ਤੋਂ ਬਾਅਦ ਤੁਸੀਂ ਇਲੈਗਲ ਆ ਇਹਨਾਂ ਜਿਹੜੇ ਪੇਪਰਾਂ ਨੂੰ ਕੱਚਿਆਂ ਨੂੰ ਪੱਕੇ ਕਿੱਦਾਂ ਕਰਾਣਾ ਇਹਨਾਂ ਨੂੰ ਪੱਕੇ ਇਹ ਐਪਲੀਕੇਸ਼ਨ ਭਰ ਕੇ ਹੋਣੇ ਤੇ ਜਦੋਂ ਅਸੀਂ ਐਪਲੀਕੇਸ਼ਨ ਭਰਦੇ ਹਾਂ ਉਸ ਭਰਨ ਵੇਲੇ ਜਿਹੜੀ ਸਾਨੂੰ ਟੈਂਪਰਰੀ ਸਜੂਰਨੋ ਟੈਂਪਰਰੀ ਇਟਲੀ ਦੇ ਪੇਪਰ ਮਿਲਿਆ ਜੋ ਕਿ 6 ਮਹੀਨੇ ਜਾਂ 9 ਮਹੀਨੇ ਦੇ ਹੋ ਸਕਦੇ ਆ ਉਹ ਵੈਲਿਡ ਹੋਣੇ ਚਾਹੀਦੇ ਉਸ ਦੀ ਐਕਸਪਾਇਰ ਡੇਟ ਮਿਆਦ ਖਤਮ ਹੋਣ ਤੋਂ ਪਹਿਲਾਂ ਅਪਲਾਈ ਕਰਨਾ ਜ਼ਰੂਰੀ ਹੈ ਬਹੁਤ ਸਾਰੇ ਕੇਸ ਹੋ ਜਾਂਦੇ ਜਿਨ੍ਹਾਂ ਵਿੱਚ ਵਕੀਲ ਕਰਕੇ ਪੇਪਰ ਮਿਲ ਜਾਂਦੇ ਆ ਪਰ ਵਕੀਲਾਂ ਦੇ ਚੱਕਰਾਂ ਦੇ ਵਿੱਚ ਪੈਣ ਦੇ ਨਾਲ ਉਹ ਜੋ ਕਾਨੂੰਨ ਆ ਸੀ ਜੇਕਰ ਉਹਦੇ ਹਿਸਾਬ ਨਾਲ ਚੱਲੀਏ ਜਿਹੜਾ ਕੰਮ ਸਾਡਾ 1500 1000 ਰੋਜ਼ ਹੋਣਾ ਸਾਡਾ ਉਹ ਕੰਮ 50 100 ਰੋ ਦੇ ਵਿੱਚ ਹੋ ਜਾਣਾ ਦੂਸਰਾ ਨੰਬਰ ਜੇ ਤੁਹਾਨੂੰ ਕੋਈ ਇਟਾਲੀਅਨ ਮਾਲਕ ਟੱਕਰਿਆ ਤੇ ਉਹ ਤੁਹਾਡੇ ਕੋਲੋਂ ਪੈਸੇ ਨਹੀਂ ਮੰਗੂਗਾ ਜੇਕਰ ਕੋਈ ਆਪਣਾ ਇੰਡੀਅਨ ਜਾਂ ਕੋਈ ਹੋਰ ਕਮਿਊਨਿਟੀ ਦਾ ਬੰਦਾ ਟੱਕਰਿਆ ਹੋ ਸਕਦਾ ਤੁਹਾਡੇ ਕੋਲ ਉਹ ਵੀ ਪੈਸੇ ਨਾ ਲਵੇ ਜੇਕਰ ਤੁਸੀਂ ਕਿਸੇ ਏਜੰਟ ਦੇ ਥਰੂ ਆਇਆ ਤਾਂ ਉਸ ਸਿਚੁਏਸ਼ਨ ਦੇ ਵਿੱਚ ਤੁਹਾਡੇ 3 ਮਹੀਨੇ ਦਾ ਟੈਕਸ ਪਲੱਸ ਤੁਹਾਡੇ ਪੇਪਰਸ ਚੇਂਜ ਕਰਵਾਉਣ ਦਾ ਜੋ ਖਰਚਾ ਉਸ ਦੇ ਲਈ ਵੀ ਤੁਹਾਨੂੰ ਐਕਸਟਰਾ ਚਾਰਜ ਕੀਤਾ ਜਾ ਸਕਦਾ ਘੱਟੋ ਘੱਟ ਹੋਰ 8-10000 ਰੁਪਏ ਜੋ ਸੁਣਨ ਦੇ ਵਿੱਚ ਆ ਰਿਹਾ ਤੇ ਇਹਦੇ ਨਾਲ ਜਿਹੜਾ ਤੁਹਾਡਾ ਖਰਚਾ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੇਕਰ ਤੁਸੀਂ ਦੇਖੋ ਜੇ ਤੁਸੀਂ ਵਿਆਜ ਜੋ ਵੀ ਲੈ ਕੇ ਪੈਸੇ ਚੱਕ ਕੇ ਵੀ ਆਏ ਆ ਉਸ ਹਿਸਾਬ ਦੇ ਨਾਲ ਵੀ ਪੈਸੇ ਚੱਕਣ ਦਾ ਜੇ ਨਹੀਂ ਵੀ ਚੱਕੇ ਤਾਂ ਤੁਹਾਡਾ ਘੱਟ ਤੋਂ ਘੱਟ ਇੰਡੀਆ ਤੋਂ ਤੁਰ ਕੇ ਇਟਲੀ 'ਚ ਪਹੁੰਚਦੇ ਪੱਕੇ ਹੁੰਦੇ ਹੁੰਦੇ 2 ਲੱਖ ਤੱਕ ਗੱਲ ਜਾ ਸਕਦੀ ਹੈ ਤੇ ਇਹੀ ਪੈਸੇ ਜੇਕਰ ਵਿਆਸ ਤੇ ਚੱਕੇ ਹੋਣ ਤਾਂ ਤੁਹਾਡੇ ਪੈਸੇ ਵਧਦੇ ਜਾਣੇ ਇਸ ਕਰਕੇ ਜੇ ਇਸ ਟਾਈਮ ਤੁਸੀਂ ਇਟਲੀ ਦੇ ਪੇਪਰ ਭਰਵਾਉਂਦੇ ਹੋ ਤਾਂ ਇਸ ਗੱਲ ਦਾ ਜਰੂਰ ਖਿਆਲ ਰੱਖੋ ਕਿ ਬੰਦਾ ਜੇਕਰ ਏਜੰਟ ਤਾਂ ਉਸ ਦੇ ਨਾਲ ਇਹ ਗੱਲ ਜਰੂਰ ਕਰੋ ਕਿ ਸਿਰਫ ਐਂਟਰੀ ਨਹੀਂ ਅਸੀਂ ਬਾਅਦ ਵਿੱਚ ਪੇਪਰਾਂ ਨੂੰ ਚੇਂਜ ਵੀ ਕਰਵਾਣਾ 9 ਮਹੀਨੇ ਦੇ ਪੇਪਰ ਨਹੀਂ ਚਾਹੀਦੇ 6 ਮਹੀਨੇ ਦੇ ਪੇਪਰ ਨਹੀਂ ਚਾਹੀਦੇ ਸਾਨੂੰ ਜਿਹੜੀ ਆ ਉੱਥੇ ਦੀ ਸਜੋਰ ਨੂੰ ਚਾਹੀਦੀ ਸਾਡਾ ਟੈਕਸ 3 ਮਹੀਨੇ ਦਾ ਭਰਿਆ ਹੋਣਾ ਚਾਹੀਦਾ ਫਿਰ ਹੀ ਤੁਹਾਨੂੰ ਆਉਣ ਦੇ ਵਿੱਚ ਫਾਇਦਾ ਹੈ ਬਾਕੀ ਆਪਣੀ ਆਪਣੀ ਕਿਸਮਤ ਹੈ ਜੀ ਅਸੀਂ ਕਿਸੇ ਦੇ ਨਾਲ ਕਿਸੇ ਨੂੰ ਰੋਕ ਨਹੀਂ ਰਹੇ ਕਿਸੇ ਨੂੰ ਟੋਕ ਨਹੀਂ ਰਹੇ ਜੋ ਇਟਲੀ ਦੇ ਕਾਨੂੰਨ ਆ ਤੁਹਾਨੂੰ ਦੱਸ ਰਹੇ ਨੌ ਮਹੀਨੇ 6 ਮਹੀਨੇ ਬਾਅਦ ਤੁਸੀਂ ਇਟਲੀ ਦੇ ਵਿੱਚ ਕੱਚੇ ਆ ਉਸ ਤੋਂ ਬਾਅਦ ਜੇਕਰ ਕੋਈ ਸਾਨੂੰ ਆਪਣਾ ਵੀ ਇਟਲੀ ਦੇ ਵਿੱਚ ਰਹਿ ਰਿਆ ਇਹ ਕਹੇ ਆਜੋ ਮੈਂ ਪੇਪਰ ਭਰਦਾ ਤੇ 100% ਗਾਰੰਟੀ ਦਵੇ ਕਿ ਪੇਪਰ ਨਿਕਲ ਜਾਣਗੇ ਹੋ ਸਕਦਾ ਕਿਉਂਕਿ ਹੁਣ 2023 ਦੇ ਵਿੱਚ ਜਿਹੜੇ ਪੇਪਰ ਭਰ ਹੋਏ ਇਹਨਾਂ ਦੇ ਵਿੱਚ 30 ਦਿਨਾਂ ਦੇ ਵਿੱਚ ਵਿੱਚ 30 ਦਿਨਾਂ ਤੋਂ ਬਾਅਦ ਪੇਪਰ ਨਿਕਲਣੇ ਸ਼ੁਰੂ ਹੋ ਗਿਆ ਸੀ ਉਹ ਇਸ ਕਰਕੇ ਕਿਉਂਕਿ ਜਿਹੜਾ ਕੰਟਰੋਲ ਹੈ ਇਟਲੀ ਦੇ ਪੁਲਿਸ ਦੇ ਹੱਥ ਵਿੱਚ ਨਹੀਂ ਸੀ ਜਿਹੜੇ ਪੇਪਰ ਭਰ ਰਹੇ ਸੀ ਉਹਨਾਂ ਦੇ ਹੱਥ ਵਿੱਚ ਸੀ ਜੇਕਰ ਕਿਸੇ ਬੰਦੇ ਕੋ ਖੇਤ ਹੈਗੇ ਆ ਨਹੀਂ ਹੈਗੇ ਉਸ ਦੇ ਕੋਲ ਬੈਂਕ ਬੈਲੈਂਸ ਹੈ ਬੰਦੇ ਮਜਦੂਰ ਨੂੰ ਪੈਸੇ ਦੇਣ ਦੇ ਲਈ ਜ ਨਹੀਂ ਹੈ ਇਹ ਚੈਕਿੰਗ ਪੁਲਸ ਨੇ ਨਹੀਂ ਕੀਤੀ ਕਿਸੇ ਕਿਸੇ ਦੇ ਚ ਕੀਤੀ ਆ ਇਸ ਕਰਕੇ 31ਵੇਂ ਦਿਨ ਤੋਂ ਬਾਅਦ ਨਿਕਲਣੇ ਸ਼ੁਰੂ ਹੋ ਗਏ ਪਰ ਇਹ ਵੀ ਇੱਕ ਲਿਮਟ ਤੱਕ ਨੇ ਉਹ ਇਸ ਕਰਕੇ ਜੇਕਰ ਸਰਕਾਰ ਨੇ ਕੋਟਾ ਰੱਖਿਆ ਹੋਇਆ 1 ਲੱਖ ਦਾ 2 ਲੱਖ ਦਾ 1.5 ਲੱਖ ਦਾ ਜਿਸ ਟਾਈਮ ਕੋਟਾ ਪੂਰਾ ਹੋ ਗਿਆ ਉਸ ਟਾਈਮ ਹੀ ਜਿਹੜੇ ਪੇਪਰ ਨਿਕਲਣੇ ਬੰਦ ਹੋ ਜਾਣੇ ਇੱਕ ਲੋਟਰੀ ਸਿਸਟਮ ਜਿਸ ਬੰਦੇ ਦੇ ਪਹਿਲਾ ਪਾਰ ਹੋਗਾ ਉਸ ਦੇ ਹੀ ਪਹਿਲਾਂ ਤਕਰੀਬਨ ਨਿਕਲਣ ਦੇ ਚਾਂਸ ਜ਼ਿਆਦਾ ਹੁੰਦੇ ਆ ਇਸ ਹਨ ਅੱਜ ਦੇ ਕੁਝ ਅਪਡੇਟ ਕੁਝ ਵਿਚਾਰ ਜੋ ਤੁਹਾਡੇ ਨਾਲ ਸਾਂਝੇ ਕਰਨਾ ਚਾਹਦੇ ਇਸ ਤਰ੍ਹਾਂ ਦੀਆਂ ਹੋਰ ਵੀ ਅਸੀਂ ਖਬਰਾਂ ਨਿਊਜ਼ ਜਾਣਕਾਰੀ ਤੁਹਾਡੇ ਨਾਲ ਸਾਂਝੀ ਜਰੂਰ ਕਰਾਂਗੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ